ਸਤਿ ਸ੍ਰੀ ਅਕਾਲ ਤੁਸੀਂ ਲੋਕ ਰਾਨ ਚੈਨਲ ਪੰਜਾਬੀ ਦੇਖ ਰਹੇ ਹੋ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਅੱਜ ਪੰਜਾਬ ਵਿਧਾਨ ਸਭਾ ਦਾ ਬਜਟ ਪੇਸ਼ ਹੋਣ ਜਾ ਰਿਹਾ ਲੋਕਾਂ ਨੂੰ ਬੜੀਆਂ ਉਮੀਦਾਂ ਨੇ ਉਹਦੇ ਉੱਤੇ ਗੱਲਬਾਤ ਕਰਾਂਗੇ ਕਿ ਪਿਛਲੀ ਕਾਰਗੁਜ਼ਾਰੀ ਕਿਸ ਤਰ੍ਹਾਂ ਦੀ ਰਹੀ ਹੈ ਪਹਿਲਾਂ ਦੇ ਵਾਅਦੇ ਕਿੰਨੇ ਕੁ ਨੇਪਰੇ ਚੜੇ ਹੁਣ ਅੱਗੋਂ ਲੋਕਾਂ ਨੂੰ ਕਿਸ ਤਰ੍ਹਾਂ ਦੀ ਆਸ ਹੈ ਦੂਜਾ ਇਹ ਕਿ ਅੰਦੋਲਨ ਦੇ ਵਿਚਾਰੇ ਕਈ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਕਦੇ ਨੌਜਵਾਨਾਂ ਨੂੰ ਲੈ ਕੇ ਰਫੜ ਪੈ ਜਾਂਦਾ ਕਦੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਲੈ ਕੇ ਕੋਈ ਨਾ ਕੋਈ ਰੋਲਾ ਸਾਹਮਣੇ ਆਉਂਦਾ ਕਦੇ ਏਕਤਾ ਦੀ ਗੱਲ ਹੁੰਦੀ ਹੈ ਇਹ ਸਭ ਦੇ ਵਿਚਾਲੇ ਕੀ ਕਿਸਾਨ ਅੰਦੋਲਨ ਦੇ ਦੌਰਾਨ ਅਲੱਗ-ਅਲੱਗ ਚਰਚਾਵਾਂ ਕਿਉਂ ਹੋ ਰਹੀਆਂ ਨੇ ਜਦੋਂ ਗੱਲ ਖੇਤੀ ਕਾਨੂੰਨਾਂ ਤੋਂ ਸ਼ੁਰੂ ਹੋਈ ਸੀ ਮਸਲਾ ਖੇਤੀ ਕਾਨੂੰਨਾਂ ਦਾ ਸੀ ਤਾਂ ਫਿਰ ਜਿਹੜੀ ਚਰਚਾ ਸ਼ੰਭੂ ਮੋਰਚੇ ਤੇ ਹੋ ਰਹੀ ਸੀ ਉਹਨੂੰ ਹੁਣ ਨਕਾਰਿਆ ਜਾ ਰਿਹਾ ਉਹਨੂੰ ਉਸ ਵੇਲੇ ਵੀ ਨਕਾਰਿਆ ਜਾ ਰਿਹਾ ਸੀਗਾ ਕਿ ਪੰਜਾਬ ਦੀ ਹੋਂਦ ਦਾ ਜਾਂ ਪੰਜਾਬ ਦੇ ਹੋਰ ਮਸਲਿਆਂ ਨੂੰ ਬਾਅਦ ਵਿੱਚ ਨਵੇੜ ਲਿਆ ਜਾਏਗਾ ਉਹਦੇ ਉੱਤੇ ਗੱਲਬਾਤ ਕਰਾਂਗੇ ਗੱਲਬਾਤ ਜਿਹੜੀ ਕਿਸਾਨਾਂ ਦੀ ਸਰਕਾਰ ਦੇ ਨਾਲ ਰੁਕੀ ਹੋਈ ਹੈ ਉਹ ਕਿਸ ਤਰ੍ਹਾਂ ਅੱਗੇ ਵੱਧ ਸਕਦੀ ਹੈ ਕਿਸ ਤਰੀਕੇ ਦੇ ਨਾਲ ਇਸ ਮਸਲੇ ਨੂੰ ਹੱਲ ਵੱਲ ਲਜਾਇਆ ਜਾ ਸਕਦਾ ਕਿਉਂਕਿ ਹਰ ਕੋਈ ਚਾਹੁੰਦਾ ਹੈ ਕਿ ਕਿਸਾਨਾਂ ਦੇ ਮਸਲੇ ਦਾ ਹੱਲ ਨਿਕਲੇ ਇੱਕ ਹੋਰ ਗੱਲ ਇਹ ਕਿ ਇਸ ਅੰਦੋਲਨ ਦੇ ਦੌਰਾਨ ਜਿਸ ਤਰੀਕੇ ਦੇ ਨਾਲ ਸਾਜ਼ਿਸ਼ਾਂ ਜਾਂ ਚਾਲਾਂ ਚੱਲੀਆਂ ਗਈਆਂ ਉਹਨਾਂ ਤੋਂ ਬਾਅਦ ਵੀ ਅੰਦੋਲਨ ਬਾਦਸਤੂਰ ਜਿਹੜਾ ਉਹ ਆਪਣੇ ਨਿਸ਼ਾਨੇ ਵੱਲ ਵਧਦਾ ਜਾ ਰਿਹਾ ਇਸ ਸੰਬੰਧ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਹੈ ਲੋਕਾਂ ਵਿਚਾਰਾਂ ਤੇ ਧੰਨਵਾਦ ਜੀ ਸੁਖਿੰਦਰ ਜੀ ਪ੍ਰੋਫੈਸਰ ਸਾਹਿਬ ਇੱਕ ਖਬਰ ਮੇਰੇ ਚੇਤੇ ਵਿੱਚ ਆਈ ਆਪਾਂ ਪਹਿਲਾਂ ਸ਼ੁਰੂਆਤ ਉਸੇ ਤੋਂ ਕਰਦੇ ਹਾਂ ਕਿ ਬੀਜੇਪੀ ਨੂੰ ਲੈ ਕੇ ਜਿਸ ਤਰੀਕੇ ਦਾ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਬੀਜੇਪੀ ਦਾ ਬਾਈਕਾਟ ਕਰੋ ਬੀਜੇਪੀ ਨੂੰ ਛੱਡ ਕੇ ਜਿਹੜੀ ਮਰਜ਼ੀ ਪਾਰਟੀ ਨੂੰ ਤੁਸੀਂ ਵੋਟ ਪਾ ਦਿਓ ਪਰ ਕਿਸਾਨ ਇਸ ਗੱਲ ਨੂੰ ਲੈ ਕੇ ਕਲੀਅਰ ਕਿਉਂ ਨਹੀਂ ਕਿ ਕਿਹੜੀ ਪਾਰਟੀ ਕਿਸਾਨ ਹਿਤੈਸ਼ੀ ਹੈ ਕਿੰਨਾਂ ਨੇ ਹੁਣ ਤੱਕ ਕਿਸਾਨਾਂ ਦੇ ਲਈ ਕੀ ਕੁਝ ਕੀਤਾ ਆ ਤਾਂ ਕਿ ਲੋਕਾਂ ਨੂੰ ਵੀ ਪਤਾ ਲੱਗ ਸਕੇ ਉਹ ਵੀ ਇੱਕ ਵਾਈਟ ਪੇਪਰ ਟਾਈਪ ਜਾਰੀ ਹੋਣਾ ਚਾਹੀਦਾ ਕਿਸਾਨ ਤੇ ਜਿਹੜੇ ਬੀਜੇਪੀ ਦਾ ਬਾਈਕਾਟ ਦਾ ਜਿਹੜਾ ਫਿਊਚਰ ਇਹ ਦੇਖੋ ਇਹ ਤੇ ਬੀਜੇਪੀ ਨੇ ਖੁਦ ਆਪਣੇ ਆਪ ਨੂੰ ਇਸ ਕੜੀਕੀ ਚ ਫਸਾਇਆ ਜਾਨੀ ਜਿਦਾਂ ਕਹਿੰਦੇ ਨੇ ਨਾ ਕਿ ਆਪ ਆਪਣੇ ਵੱਲ ਨੂੰ ਆ ਬੈਲ ਮੁਝੇ ਮਾਰ ਹੁਣ ਇਹਨਾਂ ਨੂੰ ਐ ਲੱਗਦੀ ਸੀ ਕਿ ਅਸੀਂ ਜਦੋਂ 7 ਸਾਲ ਲੋਕਾਂ ਦਾ ਬੇਫਕੂ ਬਣਾ ਕੇ ਕਾਮਯਾਬ ਹੋਈ ਜਾਂਦੇ ਆ ਤੇ ਹੁਣ ਵੀ ਕਾਂ ਇਸੇ ਤਰ੍ਹਾਂ ਕਾਮਯਾਬ ਹੋਵਾਂਗੇ ਤੇ ਰੌਲਾ ਇੰਨਾ ਜਾਦਾ ਸੋਸ਼ਲ ਮੀਡੀਆ ਜਾਂ ਰੈਗੂਲਰ ਮਿਨਿਸਟਰੀ ਮੀਡੀਆ ਰਾਹੀਂ ਇੰਨਾ ਪਵਾ ਦਿਓ ਕਿ ਬਿਲ ਠੀਕਾ ਬਿਲ ਠੀਕਾ ਆਮਦਨ ਦੁੱਗਣੀ ਹੋਣੀ ਆਮਦਨ ਦੁੱਗਣੀ ਹੋਣੀ ਆਪ ਤੁਹਾਨੂੰ ਬਹੁਤ ਫਾਇਦਾ ਤੁਹਾਡੀਆਂ ਆਜ਼ਾਦੀਆਂ ਜਿਹੜੀਆਂ ਖੁਸ਼ੀਆਂ ਹੋਈਆਂ ਸੀ ਤੁਹਾਨੂੰ ਆਜ਼ਾਦ ਕਰ ਦੇਣਾ ਆਜ਼ਾਦ ਦਾ ਮਤਲਬ ਜ਼ਮੀਨ ਤੋਂ ਵੀ ਆਜ਼ਾਦ ਹੋ ਚੋਗੇ ਤੇ ਪਿੰਡਾਂ ਤੋਂ ਵੀ ਆਜ਼ਾਦ ਹੋ ਜਾਓਗੇ ਤੇ ਪਤਾ ਨਹੀਂ ਕਿੱਥੇ ਭੇਜ ਦੇਣਾ ਫਿਰ ਕਿਸ ਤਰ੍ਹਾਂ ਦਾ ਕਿਸਾਨਾਂ ਨੇ ਮਤਲਬ ਇਹੋ ਜਿਹਾ ਕੱਢਿਆ ਹੁਣ ਤੁਸੀਂ ਆਪਾਂ ਸਾਰਾ ਚੰਗਾ ਭਲਾ ਜਾਣਦੇ ਆ ਕਿ ਕਿੰਨਾ ਇਹਨਾਂ ਨੇ ਕਿੰਨਾ ਚਿਰ ਜੇ ਦੇ ਇਸ ਗੱਲ ਦੀ ਕਰਕੇ ਰੱਖੀ ਕਿ ਕਾਨੂੰਨ ਤੇ ਠੀਕ ਆ ਅੱਜ ਵੀ ਮੋਦੀ ਜੀ ਇਹ ਨਹੀਂ ਕਹਿੰਦੇ ਕਿ ਕਾਨੂੰਨ ਗਲਤ ਹੈ ਕਹਿੰਦੇ ਚਲੋ ਵੈਸੇ ਫਿਰ ਵੀ ਕੋਈ ਤਰਮੀਮ ਕਰਨੀ ਤੇ ਕਰ ਲਓ ਹੁਣ ਜਿਸ ਗੱਲ ਦਾ ਕਿਸਾਨਾਂ ਨੂੰ ਬੜੇ ਸਾਫ਼ ਰੂਪ ਦੇ ਵਿੱਚ ਇੰਟੈਲੈਕਚੁਅਲ ਜਨੂ ਹੋਰ ਉਹਨਾਂ ਨੂੰ ਸਮਝ ਪੈ ਗਿਆ ਕਿ ਨਹੀਂ ਇਹ ਤੱਕਾ ਹੈਗਾ ਜੇ ਇਹ ਨਹੀਂ ਚੰਗਾ ਕੰਮ ਕਰਨਾ ਸੀਗਾ ਸੁਖਵਿੰਦਰ ਬੜੀ ਸਾਫ਼ ਗੱਲ ਹੈ ਤੇ ਉਹਨਾਂ ਨੂੰ ਭਰੋਸੇ 'ਚ ਲੈ ਕੇ ਕਿਉਂ ਨਹੀਂ ਕੀਤਾ ਹੁਣ ਮੈਂ ਤੁਹਾਡੇ ਲਈ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਹਾਂ ਤੇ ਤੁਹਾਨੂੰ ਪਤਾ ਨਾ ਹੋਵੇ ਮੈਂ ਚੰਗਾ ਕੰਮ ਤੁਹਾਡੇ ਹੱਕ 'ਚ ਕਰਿਆ ਤੁਸੀਂ ਕਹੋ ਨਹੀਂ ਉਹ ਮੇਰਾ ਤੇ ਪਠਾ ਬਿਠਾਤਾ ਗਲਤ ਮੈਂ ਹਾਂ ਤੁਸੀਂ ਹਾਂ ਬਿਲਕੁਲ ਯਾਨੀ ਜਾਣ ਤੇ ਮੈਂ ਸੁਣ ਕੇ ਕਰਾਂ ਜੇ ਤੁਸੀਂ ਇਹਦਾ ਮਤਲਬ ਜਿਹੜੇ ਬੰਦੇ ਲਈ ਤੁਸੀਂ ਚੰਗਾ ਕੰਮ ਕਰ ਰਹੇ ਹਾਂ ਉਸ ਨੂੰ ਉਹ ਕੰਮ ਪਸੰਦ ਨਹੀਂ ਜਾਂ ਉਹ ਬਿਲਕੁਲ ਐਡਾ ਮੂਰਖ ਕਹਿ ਲੋ ਜੀਨ ਦਾ ਪ੍ਰਾਣਾ ਸੱਤਾਂ ਸਾਲਾਂ ਦਾ ਰਿਕਾਰਡ ਦੱਸੇ ਉਤੋਂ ਅੰਦਾਜ਼ਾ ਲੱਗ ਸਕਦਾ ਕਿ ਅਜੇ ਤੱਕ ਤੇ ਕੋਈ ਇਹਨਾਂ ਨੇ ਲੋਕਾਂ ਲਈ ਮਹਿਲ ਮਾੜੀਆਂ ਇਹੋ ਜੀਆਂ ਕੋਈ ਪਾ ਨਹੀਂ ਦਿੱਤੀਆਂ ਬਿਲਕੁਲ ਇਨਸਾਨ ਮਜ਼ਦੂਰ ਦੇ ਵਿਰੁੱਧ ਔਰ ਆਮ ਜਿਹੜਾ ਕਾਰੋਬਾਰੀ ਹੈ ਜੀਐਸਟੀ ਲਿਆ ਕੇ ਪਹਿਲਾਂ ਉਹਨਾਂ ਨੇ ਬਿਨਾਂ ਮੰਗਿਆਂ ਜੀਐਸਟੀ ਲਿਆ ਕੇ ਉਹਨਾਂ ਦਾ ਸੱਤਿਆਨਾਸ਼ ਕੀਤਾ ਹੁਣ ਬਿਨਾਂ ਮੰਗਿਆਂ ਤੁਸੀਂ ਲਿਆ ਕੇ ਇਹ ਕਾਨੂੰਨ ਜਿਹੜੇ ਤਿੰਨ ਬਿੱਲ ਜਿਹੜੇ ਲਿਆ ਕੇ ਰੱਖਤੇ ਹੁਣ ਬਿਨਾ ਆਖਿਆਂ ਆੜਤੀਆਂ ਨੂੰ ਅਲੱਗ ਕਰੀ ਜਾਂਦੇ ਕਿਸਾਨ ਨਹੀਂ ਕਹ ਰਿਹਾ ਕਿ ਆੜਤੀਆਂ ਨੂੰ ਅਲੱਗ ਕਰੋ ਸਾਨੂੰ ਬਿਲਕੁਲ ਬਿਲਕੁਲ ਹੁਣ ਐਫਸੀਆਈ ਰਾਹੀਂ ਸਿੱਧੀ ਪੇਮੈਂਟ ਜਿਹੜੀ ਕਰਨੀ ਆ ਫਿਰ ਆੜਤੀਆਂ ਨੂੰ ਅਲੱਗ ਕਰਕੇ ਜਿਨ੍ਹਾਂ ਨੂੰ ਉਹ ਵਿਚੋਲੀਏ ਕਹਿੰਦੇ ਆ ਤੇ ਕਿਸਾਨ ਜਿਹੜੇ ਹੁਣ ਆਪਣੀ ਲੇਬਰ ਨੂੰ ਕਿੱਥੋਂ ਦੇਣਗੇ ਉੱਥੇ ਲੇਬਰ ਕੌਣ ਮੈਨੇਜ ਕਰੂਗਾ ਜਿਹੜੇ ਉੱਥੇ ਛੜਾਈ ਤੇ ਜਾਂ ਹੋਰ ਸਾਰੇ ਕੰਮ ਹੁੰਦੇ ਆ ਉੱਥੇ ਤੁਹਾਨੂੰ ਪਤਾ ਕਿ ਸਾਰੀ ਸਫਾਈ ਸਹੀ ਹੁੰਦੀ ਆ ਉਹ ਸਾਰੇ ਕੰਮ ਜਿਹੜੇ ਆ ਬਾਰਦਾਨੇ ਦਾ ਕਰਨਾ ਭਰਨਾ ਉਹਨੂੰ ਪਚਾਉਣਾ ਇਹ ਸਾਰੇ ਕੰਮ ਕਿਸਾਨ ਤੇ ਜਾਂਦਾ ਆਪਣਾ ਲਾਹ ਕਿਸ ਉੱਠ ਕੇ ਆ ਜਾਂਦਾ ਮੈਂ ਮੰਡੀ ਤੇ ਬਿਲਕੁਲ ਬਿਲਕੁਲ ਦਾਣੇ ਜਿਹੜੇ ਆ ਤੇ ਜ਼ਿੰਮੇਵਾਰੀ ਇਹ ਸਾਰੀ ਦੀ ਸਾਰੀ ਜਿਹੜੀ ਪਰਸੈਂਟੇਜ ਇਹ ਲੈਂਦਾ ਹੈਗਾ ਕੁਛ ਨਾ ਕੁਛ ਆੜਤੀਆ ਵੀ ਕਿਸਾਨਾਂ ਕੋਲੋਂ ਪਰ ਕਿਸਾਨਾਂ ਨੇ ਕੋਈ ਇਹੋ ਜੀ ਸਰਕਾਰ ਕੋਲ ਅਪੀਲ ਨਹੀਂ ਕੀਤੀ ਸਾਨੂੰ ਆੜਤੀਆਂ ਤੋਂ ਮੁਕਤ ਕਰਾਓ ਸਾਨੂੰ ਆੜ ਤੋਂ ਲੁੱਟ ਖਾ ਕੇ ਲੁੱਟ ਕੇ ਖਾ ਗਏ ਉਹ ਤੇ ਕਹਿੰਦੇ ਸਾਡਾ ਕੰਮ ਠੀਕ ਚੱਲੀ ਜਾਂਦਾ ਉਹਨੇ ਇਹ ਕਹਿੰਦੇ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ ਅਸੀਂ ਤੁਹਾਨੂੰ ਇਹਨਾਂ ਤੋਂ ਆਜ਼ਾਦ ਕਰਾਉਣਾ ਇਹ ਮੈਂ ਤੁਹਾਨੂੰ ਮੈਂ ਨਹੀਂ ਦਿੱਤੇ ਚ ਗੱਲ ਕਹਿ ਰਿਹਾ ਆ ਕਿ ਜੀ 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 ਜਿਹੜਾ ਕਹਿੰਦੇ ਅਸੀਂ ਸਿੱਧੀਆਂ ਪੇਮੈਂਟਾਂ ਕਰਨੀਆਂ ਉਹਦੀਆਂ ਆਪਣੀਆਂ ਕੰਪਲਿਕੇਸ਼ਨਸ ਬਹੁਤ ਹੈਗੀਆਂ 30% ਤੇ 40% ਜਿਹੜੀ ਜ਼ਮੀਨ ਹੈ ਲੋਕ ਠੇਕੇ ਤੇ ਲੈ ਕੇ ਕਰਦੇ ਆ ਮਾਲਕਾਂ ਨੂੰ ਪੈਸੇ ਜਾਣਗੇ ਕਿਉਂਕਿ ਮਾਲਕ ਜਿੰਨੇ ਜਿਹੜੇ ਪੇਪਰ ਦੇਣਗੇ ਉਹਨਾਂ ਨੂੰ ਪੈਸੇ ਜਾਣਗੇ ਉਹ ਗਾਂ ਹੁਣ ਆੜਤੀਆਂ ਵਾਂਗੂ ਹੋਏ ਤੇ ਨਵਾਂ ਵਿੱਚ ਮੀਡਲਮੈਨ ਹੋ ਜਾਣਗੇ ਨਾ ਬਿਲਕੁਲ ਬਿਲਕੁਲ ਕੁਝ ਮਾਲਕ ਜਿਹੜੇ ਆ ਬਾਹਰ ਵਿਦੇਸ਼ਾਂ 'ਚ ਬੈਠੇ ਹੋਣਗੇ ਕੋਈ ਸ਼ਹਿਰਾਂ 'ਚ ਬੈਠੇ ਹੋਣਗੇ ਕੋਈ ਕਲਕੱਤੇ ਕੋਈ ਬੰਬੇ ਕੋਈ ਕਿਹੜੇ ਕੋਈ ਕਿੱਥੇ ਕਿੱਥੇ ਹੁਣ ਉਹ ਕਿਸ ਤਰੀਕੇ ਨਾਲ ਤਾਲਮੇਲ ਬਣੂਗਾ ਇਹ ਤੁਸੀਂ ਸਾਡੇ ਨਾਲ ਧੱਕਾ ਕਰਨਾ ਤੇ ਅਸੀਂ ਤੁਹਾਡੇ ਨਾਲ ਧੱਕਾ ਕਰਾਂਗੇ ਐਸਪੀ ਬਿਹਾਰ ਆ ਹਰਿਆਣਾ ਇੰਨਾ ਸਟੈਂਟ ਤੇ ਸੀਗਾ ਹੀ ਐਸ ਵੇਲੇ ਵੱਡਾ ਤੂਫਾਨ ਪੱਛਮੀ ਬੰਗਾਲ ਜਾ ਚੁੱਕਾ ਉਹ ਉਥੇ ਅਲਾਨਿਆ ਸਾ 8 ਫੇਜ ਚੋਣਾ ਹੋਣੀ ਆ ਬਸ ਮਾਰਚ ਤੋਂ ਪਹਿਲਾਂ ਫੇਜ ਸ਼ੁਰੂ ਹੋ ਜਾਣਾ ਤੇ ਉਥੇ ਇੰਨੀ ਵੱਡੀ ਗਿਣਤੀ ਚ ਸਾਰੇ ਦੇਸ਼ ਤੋਂ ਕੀ ਬਿਹਾਰ ਕੀ ਚਾਰਖੰਡ ਪੰਜਾਬ ਹਰਿਆਣਾ ਯੂਪੀ ਲੀਡਰ ਕਿਸਾਨ ਸਾਰੇ ਜਹਾਜਾਂ ਦੇ ਜਹਾਜ਼ ਭਰ ਕੇ ਢੋਕ ਰਹੇ ਆ ਉਥੇ ਤੁਸੀਂ ਇਹਦੇ ਪੁੱਠੇ ਸਿੱਧੇ ਕੰਮ ਕਰ ਲਿਆ ਇੱਕ ਅੱਧਾ ਛੱਡ ਵੀ ਦਿਓ ਕੀ ਫਰਕ ਪਊਗਾ ਨਹੀਂ ਕਰਨਾ ਇਹਨਾਂ ਨੇ ਜੇ ਇੰਜ ਲੱਗੇ ਰਹਿਣਗੇ ਤਾਂ ਮੈਨੂੰ ਲੱਗਦਾ ਕਿ ਕਾਨੂੰਨਾ ਨਾਲ ਤੁਸੀਂ ਤਾਂ ਕਹਿੰਦੇ ਨਾ ਬਾਈਕਾਟ ਕਰ ਰਹੇ ਆ ਜਿਹੜੇ ਬੀਜੇਪੀ ਦੇ ਬੰਦਿਆਂ ਦਾ ਹਾਲ ਤੇ ਸੁਖਵਿੰਦਰ ਇਹ ਬੰਨ ਵਾਲੀ ਆਗੇ ਲੋਕਾਂ ਨੇ ਸਰਕਾਰ ਦਾ ਹੀ ਬਾਈਕਾਟ ਕਰ ਦੇਣਾ ਇੱਥੇ ਵੱਡਾ ਨਾਮਿਲ ਵਰਤਨ ਅੰਦੋਲਨ ਚੱਲਣਾ ਬੀਜੇਪੀ ਦੀ ਸਰਕਾਰ ਨੂੰ 24 ਤੱਕ ਪਹੁੰਚਾਉਣਾ ਔਖਾ ਹੋ ਜੂ ਮੈਨੂੰ ਲੱਗਦਾ ਇੱਕ ਮਿੰਟੇ ਮਨ ਚ ਹੋਰ ਗੱਲ ਜਰੂਰ ਆ ਰਹੀ ਲਾਸਟ ਮੈਂ ਕਹਾਂਗਾ ਉਹ ਇਹ ਕਿ ਲੱਗਦਾ ਕਿ ਅੰਦਰੋਂ ਹੀ ਕੋਈ ਪੜਾਖਾ ਪੈ ਜੇ ਤੁਸੀਂ ਛੱਡੋ ਬਾਹਰ ਦਾ ਪ੍ਰੈਸ਼ਰ ਨਹੀਂ ਜਿਵੇਂ ਗੜਕੜੀ ਰਾਜਨਾਥ ਸਿੰਘ ਇੱਕ ਪਾਸੇ ਆ ਤੇ ਮੋਦੀ ਸ਼ਾ ਇੱਕ ਪਾਸੇ ਹੈਗੇ ਆ ਉਹ ਗੁਜਰਾਤ ਮਾਡਲ ਜਿਹੜਾ ਤੇ ਇੱਥੇ ਅਲੱਗ ਹੈਗੇ ਉਹ ਉਹਨਾਂ ਦਾ ਵੀ ਬਹੁਤ ਇੱਕ ਕਿਸੇ ਵੇਲੇ ਵੀ ਲੀਡਰਸ਼ਿਪ ਖਿੱਚ ਕੇ ਉਹਨਾਂ ਨੂੰ ਪਰਾ ਕਰ ਸਕਦੇ ਪਰ ਜੇ ਇਹ ਵੀ ਹੋ ਗਿਆ ਮੋਦੀ ਨੂੰ ਪਰਾਂ ਹਟਾਤਾ ਰਾਜਨਾਥ ਨੂੰ ਜਾਂ ਗੜਖੜੀ ਨੂੰ ਅੱਗੇ ਲਿਆਉਂਦੇ ਆ ਅਮਿਤ ਸ਼ਾਹ ਨੂੰ ਇੱਕ ਪਾਸੇ ਕਰਦੇ ਆ ਜੋੜੀ ਨੂੰ ਤਾਂ ਫੇਰ ਵੀ ਲੋਕਾਂ ਦੀ ਹਿੰਮਤ ਹੋਰ ਪਾਉਗੀ ਕਿ ਜਿਹੜਾ ਆਪਣੇ ਆਪ ਨੂੰ ਇੱਥੇ ਸੁਪਰਮੈਨ ਸਮਝਦਾ ਹੈ ਜੇ ਉਹਨੂੰ ਸੁੱਟ ਲਿਆ ਤਾਂ ਫੇਰ ਇਹਨਾਂ ਦਾ ਕੀ ਹੈ ਇਸ ਲਈ ਇਹ ਤੇ ਇਹਨਾਂ ਨੇ ਆਪਣੇ ਯਾਨੀ ਦੇਣ ਜਿਹੜੇ ਥੋੜੇ ਕਰਨੇ ਹਨ ਨਾ ਉਹਦੇ ਦੀ ਮਿਹਨਤ ਇਹਨਾਂ ਨੇ ਆਪ ਕੀਤੀ ਹਾਂਜੀ ਬਿਲਕੁਲ ਪ੍ਰੋਫੈਸਰ ਸਾਹਿਬ ਇੱਥੇ ਮੇਰੇ ਧਿਆਨ ਵਿੱਚ ਇੱਕ ਹੋਰ ਗੱਲ ਆ ਰਹੀ ਸੀ ਕਿ موسی ਭੱਜਿਆ ਮੌਤ ਤੋਂ ਅੱਗੇ ਮੌਤ ਖੜੀ ਜਦੋਂ ਇਹ ਕਹਿੰਦੇ ਨੇ ਕਿ ਭਾਜਪਾ ਤੋਂ ਬਾਈਕਾਟ ਕਰ ਦੋ ਤੇ ਬਾਕੀ ਪਾਰਟੀਆਂ ਵਾਲਿਆਂ ਨੇ ਹੁਣ ਤੱਕ ਕੀ ਕੀਤਾ ਆ ਆ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਆ ਤੇ ਅੱਜ ਐਲਾਨ ਹੋਣੇ ਨੇ ਲੋਕ ਤਾਂ ਆਖਾਂ ਤੱਕ ਕਿ ਅੱਡੀਆਂ ਚੱਕ ਕੇ ਦੇਖ ਰਹੇ ਨੇ ਕਿ ਸਾਨੂੰ ਕੀ ਦੇਣਗੇ ਮਹਿੰਗਾਈ ਅੱਗੇ ਦੀ ਅੱਗੇ ਵੱਧਦੀ ਜਾ ਰਹੀ ਐ ਸੱਸ ਘਟ ਨਹੀਂ ਰਹੀ ਪੰਜਾਬ ਦੇ ਵਿੱਚ ਕਹਿੰਦੇ ਪੈਟਰੋਲ ਡੀਜ਼ਲ ਤੇ ਤੇਲ ਕੀਮਤਾਂ ਤੇ ਸੱਸੈ ਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ ਦੇਖੋ ਇਹਦੇ ਜਿੱਤੇ ਕੋਈ ਸ਼ੱਕ ਨਹੀਂ ਵੱਡੇ ਵੱਡੇ ਵਾਅਦੇ ਹੋਣਗੇ ਕਿਉਂਕਿ ਚੋਣਾ ਆ ਵੋਟਾਂ ਲੈਣੀਆਂ ਹਾਂ ਤੇ ਉਹ ਵਾਦੇ ਇਹ ਵੀ ਇਹਦੇ ਚ ਵੀ ਕੋਈ ਸ਼ੱਕ ਨਹੀਂ ਕਿ ਉਹ ਬਹੁਤਾ ਵੱਡਾ ਹਿੱਸਾ ਉਹਨਾਂ ਵਾਦਿਆਂ 'ਚ ਵਫਾ ਨਹੀਂ ਹੋਊਗਾ ਜੇ ਉਹਨਾਂ ਨੇ ਇਮਾਨਦਾਰੀ ਨਾਲ ਕਰਨਾ ਹੁੰਦਾ ਤੇ ਉਹ ਪਹਿਲੇ ਬਜਟ 'ਚ ਕਰਦੇ ਦੂਜੇ 'ਚ ਕਰਦੇ ਹਾਂ ਮੰਤਰੀ ਸਿੰਘ ਬਾਦਲ ਕਹਿੰਦੇ ਆ ਕਿ ਦੇਖੋ ਜੀ ਸਾਡੇ ਦੇ ਭਾਂਡੇ ਟੀਂਡੇ ਵਿਗੜ ਆਲੇ ਹੋਏ ਸੀ ਬਹੁਤ ਬੁਰਾ ਹਾਲ ਸੀ ਬੜੀ ਮਿਹਨਤ ਕਰਕੇ ਹੁਣ ਅਸੀਂ ਬਜਟ ਠੀਕ ਕਰ ਲੈ 10 ਦਿਨ ਵੀ ਕਿੱਥੋਂ ਪੈਸਾ ਆ ਗਿਆ ਪੈਸਾ ਤੇ ਹੈ ਨਹੀਂ ਤੁਸੀਂ ਕਰਜ਼ੇ ਲੈ ਲੈ ਕੇ ਕੁਝ ਬਜਟ ਨੂੰ ਵਧਾ ਚੜਾ ਕੇ ਅੰਕੜੇ ਲੋਕਾਂ 'ਚ ਪੇਸ਼ ਕਰ ਦੋਗੇ ਕੁਝ ਹੋਰ ਇਹੋ ਜੇ ਐਲਾਨ ਕਰ ਦੋਗੇ ਕੁਝ ਸਰਕੂਲਰ ਕੱਢ ਦੋਗੇ ਇਹੋ ਹੀ ਕੁਝ ਹੋਊਗਾ ਜਦ ਤੜਾਕਲ ਤੇ ਤੁਹਾਡੇ ਕੋ ਪੈਸਾ ਵੱਡੇ ਪੱਧਰ ਤੇ ਆਉਣ ਦੇ ਕੋਈ ਸਾਧਨ ਹੀ ਨਵੇਂ ਨਹੀਂ ਜੁਟੇ ਕੀ ਨਵੀਂ ਇੰਡਸਟਰੀ ਲੱਗੇ ਜਾਂ ਇੱਥੇ ਜਿੱਥੋਂ ਪੈਸਾ ਆਉਣਾ ਚahiye ਕੀ ਨਵੇਂ ਲੋਕਾਂ ਕੋਲ ਨੌਕਰੀਆਂ ਮਿਲ ਗਈਆਂ ਜਿੱਥੋਂ ਤੁਹਾਡੀ ਮੀਡਲ ਕਲਾਸ ਬਾਦੀ ਕੀ ਤੁਸੀਂ ਰੀਤਾ ਬਜਰੀ ਤੇ ਜਾਣ ਜਿਹੜਾ दारू ਦੇ ਪੈਸੇ ਆਪਣੇ ਹੱਥੇ ਚ ਲੈ ਕੇ ਸਰਕਾਰ ਨੇ ਕਮਾਉਣੇ ਸੀ ਉਹ ਕੰਮ ਕਰ ਲਿਆ ਉਹ ਮਾਫੀਆ ਖਤਮ ਕਰ ਲਿਆ ਕੁਝ ਨਹੀਂ ਹੈਗਾ ਐਵੇਂ ਗੱਲਾਂ ਤੇ ਇਹ ਬਜਟ ਦੇ ਵਿੱਚ ਜਿਹੜੇ ਐਲਾਨ ਹੋਣੇ ਆ ਫੀਲ ਗੁੱਡ ਫੈਕਟਰ ਵਾਲੇ ਤੇ ਤਗੜੇ ਤਗੜੇ ਆ ਹੋ ਗਿਆ ਆ ਹੋ ਗਿਆ ਹੁਣ ਅਸੀਂ ਆ ਕਰ ਦਾਂਗੇ ਦੇਖੋ ਜੀ ਖਜ਼ਾਨਾ ਸਾਡਾ ਪਰ ਗਿਆ ਹੁਣ ਤੇ ਅਸੀਂ ਲਟਾ ਦਿਆਂਗੇ ਤੁਹਾਨੂੰ ਪ੍ਰਮੇਂਦਰ ਸਾਹਿਬ ਇਹ ਸੀਸੀਐਲ ਦੀ ਗੱਲ ਕਿਉਂ ਨਹੀਂ ਕਰਦੇ ਖਜ਼ਾਨਾ ਮੰਤਰੀ ਮਨਪਿੰਦਰ ਸਿੰਘ ਬਾਦਲ ਪਹਿਲਾਂ ਵੀ ਰਹੇ ਨੇ ਬਾਦਲਾਂ ਦੇ ਰਾਜ ਵੇਲੇ ਉਹ ਰੋਲਾ ਹੁਣ ਪੈ ਰਿਹਾ ਪ੍ਰਮੇਂਦਰ ਸਿੰਘ ਢੀਂਡਸਾ ਉਸ ਵੇਲੇ ਵਿੱਤ ਮੰਤਰੀ ਰਹੇ ਨੇ ਹੁਣ ਹਸਾਬਕਿਤਾਬ ਜਿਹੜਾ ਸੁਨੀਲ ਜਾਖੜ ਕਹਿੰਦੇ ਨੇ ਕਿ ਸਾਰਾ ਕੁਝ ਬਾਹਰ ਆਵੇ ਜਦੋਂ 4 ਸਾਲ ਰਾਜ ਮੁੱਕ ਗਿਆ ਹੁਣ 5ਵੇਂ ਸਾਲ 'ਚ ਅਗਲੀ ਸਰਕਾਰ ਦੀ ਵਾਰੀ ਆਉਣੀ ਹੈ ਹੁਣ ਇਹ ਕਹਿੰਦੇ ਨੇ ਕਿ ਸਾਨੂੰ ਹਸਾਬ ਦਿਓ ਕਿ ਸੀਸੀਐਲ ਦੇ ਵਿੱਚ ਜਿਹੜੀ ਉਹ ਕਪਲੇਬਾਜ਼ੀ ਜਾਂ ਜੋ ਵੀ ਇਹ ਕਹਿੰਦੇ ਨੇ ਉਹਨੂੰ ਹਾ ਇਹ ਇਹ ਤੇ ਮੈਂ ਹੁਣ ਇਹ ਭਾਸ਼ਾ ਤੇ ਨਹੀਂ ਵਰਤਦਾ ਕਿ ਜੇ ਤੁਹਾਨੂੰ ਇੰਜ ਲੱਗਦਾ ਹੋਵੇ ਕਿ ਚਲੋ ਜੀ ਇਹ ਜੀ ਰਲਿਆ ਰਲਿਆ ਖਾਲੀ ਦਾਲ ਤੇ ਕਾਂਗਰਸ ਰਲਿਆ ਹੋਇਆ ਉਹ ਉਹ ਰਲੇ ਦਾ ਮਤਲਬ ਇੱਕ ਦੇਖੋ ਐ ਹੁ ਜਰੂਰੀ ਨਹੀਂ ਕੋਈ ਮੀਟਿੰਗ ਕਰਕੇ ਰਲਦੇ ਆ ਪਰ ਉਹਨਾਂ ਨੂੰ ਇੰਜ ਲੱਗਦਾ ਕਿ ਜੇ ਅਸੀਂ ਆਪਸ ਵਿੱਚ ਇਸ ਸੱਤਾ ਸ਼ੇਅਰ ਕਰੀ ਜਾਵਾਂਗੇ ਕਿ ਉਹ ਉਹਨਾਂ ਦੇ ਪੋਤੜੇ ਨਹੀਂ ਫੋਲੂਗਾ ਇਹ ਉਹਨਾਂ ਦੇ ਨਹੀਂ ਫੋਲਣਗੇ ਤੇ ਰਲ ਮਿਲ ਕੇ ਰਲ ਮਿਲ ਝੁਗਾ ਗਾਲੀ ਦਾ ਹੈ ਨਾ ਰਲ ਮਿਲ ਕਰਦੇ ਨੇ ਜਿਸ ਕਿਸਮ ਦਾ ਉਹ ਤੇ ਪੋਲਿਟੀਕਲ ਪਾਰਟੀਆਂ ਦਾ ਬਣ ਚੁੱਕਾ ਹੂੰ ਤੇ ਮੈਂ ਇਹ ਨਹੀਂ ਕਹਿੰਦਾ ਤੁਹਾਡੀ ਗੱਲ ਠੀਕ ਹੈ ਕਿ ਜੇ ਉਹਨੇ ਸੀਸੀਐਲ ਲਿਮਿਟ ਦਾ ਜਿਹੜਾ ਅੱਜ ਮੁੱਦਾ ਠਾਇਆ ਉਹ ਤੇ ਜਾਣ ਲੱਗੇ ਉਦੋਂ ਕਾਲੀ ਕਰਗੇ ਸੀ ਹੁਣ ਅੱਜ ਉਹਨੂੰ ਠਾਣਨ ਦੀ ਕੀ ਲੋੜ ਹੈ ਉਹਦਾ ਖਾਰ ਨੇਹੀ ਹੈ ਕਿ ਜੋ ਮੈਨੂੰ ਲੱਗਦਾ ਹੈ ਕਿ ਇੱਕ ਤੇ ਦੱਸਣਗੇ ਸਾਡੇ ਕੋਲ ਹੈ ਨਹੀਂ ਇਸ ਕਰਕੇ ਅਸੀਂ ਬਹੁਤਾ ਕੁਝ ਨਹੀਂ ਕਰ ਸਕੇ ਉਹ ਕਾਲੀਆਂ ਨੇ ਸਿਰਫ ਆਂਡਾ ਭਰ ਲੈਣਗੇ ਦੂਸਰਾ ਹੋ ਸਕਦਾ ਕਿ ਉਸ ਕਰਕੇ ਕੋਈ ਕਰਜ਼ਾ ਹੋਰ ਲੈ ਕੇ ਤੇ ਬਾਦੂ ਉਹ ਜਿਹੜੇ ਐਲਾਨ ਕਰਨ ਦਾ ਵੀ ਇਹ ਇੱਕ ਬਹਾਨਾ ਹੋਵੇ ਤੇ ਕਾਫੀ ਤੇ ਇਸ ਕਰਕੇ ਜਿਹੜਾ ਇਹ ਲਾਸਟ ਬਜਟ ਹੈ ਬਜਟ ਦੇ ਨਾਲੋਂ ਪੋਲੀਟੀਕਲ ਡਰਾਮਾ ਜ਼ਿਆਦਾ ਤੁਸੀਂ ਦੇਖ ਲਿਆ ਕਿੰਨਾ 4-5 ਦਿਨ ਜਿਹੜਾ ਚੱਲਿਆ ਕਿਹੜਾ ਉਹ ਚੀਫ ਮਿਨਿਸਟਰ ਨੂੰ ਸੁਣ ਲਈ ਬੱਕ ਕਾਲੀਆਂ ਨੂੰ ਤੇ ਬਾਹਰ ਹੀ ਕਰਤਾ ਉੱਥੇ ਹੋਣਾ ਕਿ ਕਾਲੀ ਦੇ ਵੈਸੀ ਬਾਕੀ ਦੇ ਜਿੰਨਾ ਵਿਧਾਨ ਸਭਾ ਦਾ ਸੈਸ਼ਨ ਚੱਲਿਆ ਉਹਨਾਂ ਨੂੰ ਸਸਪੈਂਡ ਕਰਤਾ ਤੇ ਰਹਿ ਗਏ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਅੱਗੇ ਹੀ ਅੱਡ ਮੂਲੀਆਂ ਅੱਡ ਪੱਤ ਵਾਲੀ ਗੱਲ ਆ ਉਹ ਪੁੱਤਰ ਬਈ ਦੇ ਹੈਗੇ ਪਾਰਟੀ ਦੇ ਨਾਲ ਹੀ ਆ ਬਿਲਕੁਲ ਨਾ ਕੋਈ ਦਿਲ ਦੇ ਟੁਕੜੇ ਝਾਰੂ ਹੋਏ ਕੋਈ ਕਿਧਰ ਗਿਰਾ ਕੋਈ ਕਿਧਰ ਗਰਾ ਤੇ ਉਹਨਾਂ ਦੇ ਟੁਕੜੇ ਕਈ ਹੋ ਗਏ ਉਹ ਆ ਇਹ ਵੀ ਉਹਨਾਂ ਦਾ ਜੋਰ ਨਹੀਂ ਪੈਂਦਾ ਫਿਰ ਦੋ ਬੈਸ ਬ੍ਰਦਰ ਹੀ ਪਿੱਛੇ ਰਹਿ ਗਏ ਬੀਜੇਪੀ ਵੈਸੇ ਲੋਕ ਦੀ ਪੱਤ ਨਹੀਂ ਕਿਤੇ ਸਾਡਾ ਮੂੰਹ ਨੀਡੀਆ ਨੂੰ ਨਾ ਦਿਖ ਜੇ ਉਹ ਘੇਰ ਦੇਵੇ ਇਹ ਹਾਲਾਤ ਦੇ ਵਿੱਚ ਜਿਹੜੀ ਲੈਵਲ ਪਲੇਇੰਗ ਥੀਲ ਨਹੀਂ ਹੈਗੀ ਰਾਦਰ ਕਾਂਗਰਸ ਲਈ ਕੱਲ ਕੱਲ ਨੂੰ ਕਾਫੀ ਸੌਰੀ ਕੱਲ ਨਹੀਂ ਅੱਜ ਹੀ ਜਿਹੜਾ ਕਾਫੀ ਇਸ ਕਿਸਮ ਦਾ ਹੋਊਗਾ ਮੈਦਾਨ ਖਾਲੀ ਹੋਊਗਾ ਤੇ ਦੇਖਦੇ ਹਾਂ ਹੁਣ ਕੀ ਹੁੰਦਾ ਹੈ ਹੱਥੇ ਜੀ ਜੀ ਬਿਲਕੁਲ ਧਿਆਨ ਰਹੇਗਾ ਆਖਰੀ ਸਵਾਲ ਹੈ ਮੇਰਾ ਅੰਦੋਲਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਹੁਣ ਕਈ ਤਰ੍ਹਾਂ ਦੇ ਵਰਤਾਂਤ ਸਿਰਜੇ ਜਾਂਦੇ ਨੇ ਜਿਵੇਂ ਮੈਂ ਸ਼ੁਰੂ ਚ ਦੱਸਿਆ ਕਿ ਨੌਜਵਾਨਾਂ ਦਾ ਨਿਹੰਗਾਂ ਦਾ ਉੱਥੇ ਜਿਹੜੇ ਬੈਠੇ ਨੇ ਉਹਨਾਂ ਦਾ ਕੋਈ ਨਾ ਕੋਈ ਜਥੇਬੰਦੀਆਂ ਦੇ ਵਿੱਚ ਕਦੇ ਨਾ ਕਦੇ ਵਖਰੇਵਾ ਹੋ ਜਾਂਦਾ ਹੁਣ ਤਾਂ ਅੰਦੋਲਨ ਨੂੰ 100 ਦਿਨ ਤੋਂ ਉੱਤੇ ਦਾ ਸਮਾਂ ਹੋ ਚੁੱਕਿਆ ਜਿੱਤ ਦੀ ਆਸ ਲਾਈ ਬੈਠੇ ਨੇ ਤੇ ਇਹ ਇਹੋ ਜਿਹੀਆਂ ਗੱਲਾਂ ਹੋਣ ਦੇ ਨਾਲ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਮੌਕਾ ਮਿਲਦਾ ਗੱਲਬਾਤ ਵੀ ਉੱਥੇ ਖੜੀ ਹੋਈ ਹੈ ਦੇਖੋ ਜਦੋਂ ਇੰਨੇ ਵੱਡੇ ਇਹ ਲਾਰਜ ਸਕੇਲ ਤੇ ਸੁਖਵਿੰਦਰ ਮੋਬਿਲਾਈਜੇਸ਼ਨ ਹੁੰਦੀ ਹੈ ਨਾ ਜਦੋਂ ਇਹ ਕੋਣ ਫੌਜਾਂ ਰਿਕਰੂਟ ਕਰਕੇ ਸਕਰੀਨਿੰਗ ਕਰਕੇ ਤਰਖਾ ਦੀਆਂ ਫੌਜਾਂ ਤੇ ਨਹੀਂ ਨਾ ਹੈ ਤੇ ਲੋਕ ਮਹਾਨ ਆ ਤੇ ਲੋਕ ਮਹਾਨ ਦੇ ਵਿੱਚ ਹਰ ਧਾਰਾ ਸ਼ਾਮਲ ਹੁੰਦੀ ਹੈ ਤੁਸੀਂ ਆਜ਼ਾਦੀ ਦੀ ਮੂਵਮੈਂਟ ਵੀ ਲੈ ਲਓ ਉਹਦੇ ਵਿੱਚ ਕੋਈ ਇਤਸਾਰ ਇਕਸਾਰਤਾ ਥੋੜੀ ਜਿਹੀ ਵੀ ਹਾਂ ਸਾਰੇ ਦੇ ਸਾਰੇ ਗਾਂਧੀਆਂ ਦੇ ਸੀਗੇ ਜਾਂ ਨਹਿਰੂ ਵੀਨ ਸੀਗੇ ਜਾਂ ਸੁਭਾਸ਼ ਚੰਦਰ ਬੋਸ ਦੇ ਸੀਗੇ ਪਿੱਛੇ ਜਾਂ ਸਾਰੇ ਗਦਰਾਈਟ ਸੀਗੇ ਇਸ ਤਰ੍ਹਾਂ ਨਹੀਂ ਹੈਗਾ ਕੋਈ ਵੀ ਜਦੋਂ ਲਾਰਜ ਸਕੇਲ ਮੂਵਮੈਂਟ ਚੱਲਦੀ ਹੈ ਤੇ ਉਹਦੇ ਚ ਜਿਹੜੀਆਂ ਸਮਾਜ ਦੇ ਅੰਦਰ ਪਹਿਲਾਂ ਧਰਾਵਾ ਚੱਲ ਰਹੀਆਂ ਉਹਦੇ ਲੱਛਣ ਸਾਨੂੰ ਦੇਖਣ ਨੂੰ ਮਿਲਦੇ ਆ ਪਰ ਮੈਨੂੰ ਖੁਸ਼ੀ ਦੀ ਗੱਲ ਚੰਗੀ ਗੱਲ ਇਹ ਲੱਗਦੀ ਹੈਗੀ ਕਿ ਸਾਰਿਆਂ ਦਾ ਇੱਕ ਗੱਲ ਦੇ ਤੇ ਇੱਕਾ ਨਾ ਕਿ ਇਹ ਕਿਸਾਨ ਸਾਡੇ ਸੈਂਟਰ 'ਚ ਆ ਬਾਕੀ ਸਾਰੇ ਅਸੀਂ ਪੈਰੀਫਰੀ ਦੇ ਆ ਥੋੜਾ ਬਹੁਤ ਕਈਆਂ ਨੇ ਆਪਣੇ ਹੋਰ ਅਲੱਗ-ਅਲੱਗ ਕਿਸਮ ਦੇ ਏਜੰਡੇ ਕਈਆਂ ਦੇ ਨਿੱਜੀ ਏਜੰਡੇ ਨਿੱਜੀ ਏਜੰਡੇ ਲੋਕਾਂ ਦੇ ਮਸਲੇ ਬਣਾ ਕੇ ਪੇਸ਼ ਕੀਤੇ ਗਏ ਦੇਸ਼ ਦੇ ਮਸਲੇ ਸੁਣਾ ਕੇ ਪੇਚ ਕੀਤੇ ਗਏ ਪੰਜਾਬ ਦੇ ਸਿੱਖਾਂ ਦੇ ਮਸਲੇ ਬਣਾ ਕੇ ਪੇਚ ਕੀਤੇ ਗਏ ਜਦ ਕਿ ਉਹਨਾਂ ਦੇ ਪਿੱਛੇ ਨਿੱਜੀ ਸਵਾਰਥ ਲੁਕਿਆ ਹੋਇਆ ਸੀ ਉਹ ਜਿਹੜਾ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਫਿਰ ਇਧਰ ਉਧਰ ਸਾਰੇ ਖਿੰਡਰ ਪੁੰਡਰ ਗਏ ਕੁਝ ਜਾ ਕੇ ਜੇਲਾਂ ਚਲੇ ਗਏ ਕੁਝ ਕਿੰਦਰ ਨੂੰ ਗਏ ਕੋਈ ਕਿੰਦਰ ਨੂੰ ਗਏ ਇਸ ਤਰੀਕੇ ਨਾਲ ਕਾਫੀ ਹੋਇਆ ਆ ਸਾਡੇ ਸਿੱਖਾਂ ਦੇ ਪਰ ਸਾਨੂੰ ਅਫਸੋਸ ਇਹ ਆ ਕਿ ਐਡੀ ਵੱਡੀ ਮਹਾਨ ਜਿਹੜੀ ਕੁਰਬਾਨੀਆਂ ਨੂੰ ਤੁਸੀਂ ਨਿੱਜੀ ਮਫਾਦਾਂ ਲਈ ਕਿਤੇ ਨਾ ਕਿਤੇ ਵੀ ਵਰਤਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਬੜਾ ਬੜੀ ਬੜੀ ਬਦਕਿਸਮਤੀ ਵਾਲੀ ਗੱਲ ਹੋ ਗਈ ਬੱਚਾ ਬੱਚਾ ਦੇਸ਼ਾਂ ਵਿਦੇਸ਼ਾਂ ਚ ਬੈਠਾ ਇਧਰ ਅੱਖ ਲਾਈ ਬੈਠਾ ਕਈ ਤੇ ਸੌਂਦੇ ਨਹੀਂ ਕਈਆਂ ਦਾ ਤੇ ਬੀਪੀ ਖਰਾਬ ਹੋ ਗਿਆ ਬਿਲਕੁਲ ਬਲੱਡ ਪ੍ਰੈਸ਼ਰ ਇਸ ਗੱਲ ਨੂੰ ਉਹਨਾਂ ਨੂੰ ਹੈ ਕਿ ਕਿਸੇ ਵੇਲੇ ਵੀ ਇਹ ਕੰਮ ਸਿਰੇ ਲੱਗੇ ਇੰਨੀਆਂ ਉਹਨਾਂ ਦੀਆਂ ਉਮੀਦਾਂ ਆਸਾਂ ਈਦਾਂ ਲੱਗੀਆਂ ਔਰ ਹਰ ਕਿਸਮ ਦੀ ਉਹ ਕਲਾ ਆਸਾਂ ਈਦਾਂ ਲੱਗੇ ਨਹੀਂ ਬਿਠੇ ਕੋਸ਼ਿਸ਼ਾਂ ਕਰ ਰਹੇ ਮਿਹਨਤ ਕਰ ਰਹੇ ਬਿਲਕੁਲ ਬਿਲਕੁਲ ਸੇਵਾ ਕਰ ਰਹੇ ਇਹਦੇ ਤੇ ਤਿਲ ਫੁੱਲ ਪਾ ਰਹੇ ਪੈਸੇ ਨਾ ਪਾਉਣ ਮੀਡੀਆ ਰਾਹੀਂ ਪਾਉਣ ਲਿਖ ਕੇ ਪਾਉਣ ਜਿਸੇ ਵੀ ਤਰੀਕੇ ਨਾਲ ਮੋਰਲ ਸਪੋਰਟ ਕਰਨਾ ਕੁਝ ਵੀ ਕਰਨ ਉਹ ਕਰ ਰਹੇ ਆ ਤੇ ਉਹਦੇ ਵਿੱਚੋਂ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਕੱਢਣੀਆਂ ਕਦੀ ਉਹ ਚੱਲਦਾ ਰਹੂਗਾ ਪਰ ਉਹ ਕੋਈ ਏਡੀ ਵੱਡੀ ਮੈਨੂੰ ਜਿਹੜੀ ਵੱਡੀ ਧਾਰਾ ਆ ਉਸ ਨੂੰ ਕੋਈ ਮੈਨੂੰ ਨਹੀਂ ਲੱਗਦਾ ਕਿ ਕਿਸੇ ਗਲਤ ਮਨਸਾ ਵੱਲ ਮੋੜ ਪਾ ਸਕਦੇ ਆ ਜਾਂ ਕਿਸੇ ਉਸ ਨੂੰ ਕਮਜ਼ੋਰ ਕਰਨ ਦੇ ਵਿੱਚ ਰਾਜਨੀਤਿਕਾਂ ਵਿੱਚ ਉੱਠਣ ਗਿਆ ਬੈਠ ਜਾਣ ਗਿਆ ਉੱਠਣ ਗਿਆ ਬੈਠ ਜਾਣ ਗਿਆ ਪਰ ਉਹ ਮੈਸਰ ਸਾਹਿਬ ਗੱਲਬਾਤ ਕਿੱਦਾਂ ਹੋਏਗੀ ਜਿਹੜੀ ਗੱਲਬਾਤ ਰੁਕੀ ਹੋਈ ਹੈ ਉਹਦਾ ਕਿੱਦਾਂ ਇੱਕ ਬ੍ਰਿਜ ਬਣੇਗਾ ਵਿਚਾਲੇ ਕਿ ਕੋਈ ਤਾਂ ਆਵੇ ਵਿਚਵਚੋਲਾ ਬਣਨ ਦੇ ਲਈ ਨਹੀਂ ਵਿਚੋਲਿਆਂ ਦੀ ਕੀ ਲੋੜ ਹੈ ਜੇ ਸਿੱਧੀ ਗੱਲ ਸੁਖਵਿੰਦਰ ਜੀ ਦੀ ਡੈਂਟੀ ਚੱਲ ਰਹੀ ਹੈ ਹੁਣ ਵਿਚੋਲੇ ਦੀ ਕੀ ਲੋੜ ਹੈਗੀ ਮੈਨੂੰ ਦੱਸੋ ਕੋਈ ਗੱਲ ਲੁਕੀ ਛਿਪੀ ਹੈ ਜੀ ਹਾਂ ਜੀ ਵਿਚੋਲਾ ਕੋਈ ਪਾਉਣਾ ਹੋਵੇ ਤੇ ਪੰਜਾਬ ਸਰਕਾਰ ਖੋਦੀ ਵਿਚੋਲਾ ਬਣੀ ਹੈ ਜਾਂ ਉਹਨਾਂ ਦੇ ਅਫਸਰ ਉੱਤੇ ਤੇ ਦਿੱਲੀ ਬੈਠੇ ਹੁੰਦੇ ਆ ਉਹ ਬੜਾ ਲਗਾਤਾਰ ਕੋਸ਼ਿਸ਼ਾਂ ਕਰਦੇ ਆ ਹੋਰ ਵੀ ਬੰਦੇ ਬਹੁਤ ਲਗਾਤਾਰ ਕੋਸ਼ਿਸ਼ਾਂ ਕਰਦੇ ਆ ਤੇ ਜੇ ਜੇ ਇਹੋ ਜੀ ਵਿਚੋਲੇ ਵਾਲੀ ਗੱਲ ਜਿਹੜੀ ਤੁਸੀਂ ਕਹਿੰਦੇ ਆ ਵਿਚੋਲਿਆਂ ਦੀ ਕਮੀ ਨਹੀਂ ਹੈਗੀ ਅਸਲ 'ਚ ਜੇ ਸਰਕਾਰ ਜਾਂ ਜਿਹੜੀ ਦੂਜੀ ਧਿਰ ਕਿਸਾਨਾਂ ਦੀ ਆ ਉਹ ਥੋੜੀ ਬਹੁਤ ਫਲੈਕਸੀਬਿਲਟੀ ਲਚਕੀਲਾਪਨ ਜੇ ਹੋਵੇ ਤਾਂ ਕਾਹਦੀ ਗੱਲ ਅੱਗੇ ਤੁਰੂਗੀ ਨਾ ਜੇ ਦੋਵੇਂ ਧਿਰਾਂ ਤੇਰ ਕਾਂਡੇ ਦੇ ਆਕੜੇ ਵਾਂਗੂ ਆਸਾਨੀ ਮੰਗੂ ਆਕੜੇ ਬੈਠੇ ਆ ਮਹਾ ਦੇ ਆਟੇ ਵਾਂਗੂ ਕਹਿਣਾ ਸੀਗਾ ਮਹਾ ਦੇ ਆਟੇ ਵਾਂਗੂ ਆਕੜੇ ਬੈਠੇ ਆ ਤਾਂ ਫੇਰ ਆਕੜ ਹੀ ਤੇ ਫੇਰ ਜਹ ਤੱਕ ਆਕੜ ਨਹੀਂ ਨਿਕਲਦੀ ਥੱਲੇ ਤੇ ਹਾਤਲ ਤੇ ਉੱਤਰ ਕੇ ਨਿਮਰਤਾ ਨਹੀਂ ਆਉਂਦੀ ਤੇ ਫੇਰ ਤੇ ਲੜਾਈ ਦਾ ਮੈਦਾਨ ਫੇਰੇ ਤੂੰ ਵੀ ਦੇਖ ਤੇ ਮਮੀ ਦੇਖ ਆ ਜਾ ਆ ਜਾ ਇੱਥੇ ਸਰ ਸਭ ਦੋਨੋਂ ਪਾਸੇ ਆਕੜ ਹੈ ਹੁਣ ਐ ਦੇਖੋ ਕਿਸਾਨਾਂ ਦੀ ਤੇ ਮਜਬੂਰੀ ਆ ਆਕੜ ਨਹੀਂ ਹੈਗੀ ਉਸ ਦੀ ਕਿਸਾਨਾਂ ਦੀ ਤੇ ਮਜਬੂਰੀ ਆ ਉਹ ਤੇ ਆਪਣੇ ਬਚਾ ਦੀ ਲੜਾਈ ਗੁਹਾਰ ਲਾ ਰਿਹਾ ਤੇ ਲੜਾਈ ਦੇ ਮੈਦਾਨ ਵਿੱਚ ਉਤਰਿਆ ਇਸੇ ਕਰਕੇ ਉਹ ਆਏ ਦਿਨ ਮਜਬੂਤ ਹੋ ਰਿਹਾ ਕਿਸਾਨ ਦੀ ਆਕੜ ਆ ਕਿਸਾਨ ਦੀ ਸੌਰੀ ਸਰਕਾਰ ਦੀ ਜਿਹੜੀ ਆਕੜ ਜਾਂ ਉਹਨਾਂ ਦੀ ਗਲਤੀ ਸਭ ਤੋਂ ਵੱਡੀ ਇਹ ਹੈ ਕਿ ਜੇ ਤੁਸੀਂ ਕਿਸਾਨਾਂ ਲਈ ਕੁਝ ਕਰਨਾ ਸੀ ਉਹਨਾਂ ਨੂੰ ਭਰੋਸੇ 'ਚ ਕਿਉਂ ਨਹੀਂ ਲਿਆ ਸਭ ਤੋਂ ਵੱਡੀ ਗੱਲ ਇਹ ਇੱਕ ਤੁਸੀਂ ਵੈਸੇ ਹੀ ਗਲਤ ਕੰਮ ਕੀਤਾ ਕਿ ਜਿਹੜੀ ਹੈ ਹੀ ਸਾਰੇ ਦਾ ਸਾਰਾ ਖੇਤੀ ਦਾ ਕੰਮ ਸੂਬਿਆਂ ਦਾ ਤੇ ਤੁਸੀਂ ਵਿੱਚ ਪੰਗਾ ਕਿਉਂ ਲਿਆ ਇਹਦਾ ਮਤਲਬ ਤੁਸੀਂ ਕਿਸੇ ਹੋਰ ਨਾ ਲੋਕਾਂ ਦੇ ਦਬਾਅ ਥੱਲੇ ਸਾਰਾ ਕਾਰ ਹੈ ਭਾਵੇਂ ਉਹ ਕਾਰਪੋਰੇਟਾਂ ਦਾ ਭਾਵੇਂ ਇ ਆਈਐਮਐਫ ਦਾ ਆਇਆ ਭਾਵੇਂ ਵਰਲਡ ਬੈਂਕ ਦਾ ਹੋਵੇ ਭਾਵੇਂ ਡਬਲਯੂਟੀਓ ਦਾ ਹੋਵੇ ਉਹਨਾਂ ਸ਼ਕਤੀਆਂ ਦੇ ਦਬਾਅ ਥੱਲੇ ਆ ਕੇ ਤੁਸੀਂ ਆਪਣੇ ਕਿਸਾਨਾਂ ਦਾ ਖੂਨ ਨਿਚੋੜਨ ਲੱਗੇ ਆ ਜਾਂ ਉਹਨਾਂ ਨੂੰ ਮਤਲਬ ਇੱਕਦਮ ਤਬਾਈ ਵੱਲ ਧੱਕਣ ਲੱਗੇ ਆ ਇਹ ਦੇ ਵੱਡੋ ਵੱਡਾ ਪਾਪ ਤੇ ਮਿਸਗਵਰਨੈਂਸ ਕੋਈ ਹੈ ਨਹੀਂ ਤੇ ਉਹਦੇ ਚੋਂ ਫੜੇ ਗਏ ਆ ਲੋਕ ਤੁਸੀਂ ਦੋਵਾਂ ਨੂੰ ਬਰਾਬਰ ਦੀ ਆਕੜ ਦਾ ਜਾਂ ਉਸ ਕਿਸਮ ਦਾ ਨਹੀਂ ਰੱਖ ਸਕਦੇ ਇੱਕ ਪਾਸੇ ਕਹਿੰਦਾ ਉਹਨਾਂ ਨੂੰ ਸਾਫ਼ ਦਿਖ ਰਿਹਾ ਉਹਨਾਂ ਦੀ ਜਿਹੜੀ ਲੀਕ ਖਿੱਚੀ ਹੋਏ ਹੈਗੀ ਕਿ ਜਾਂ ਅਸੀਂ ਖਤਮ ਹੋ ਜਾਾਂਗੇ ਜਾਂ ਅਸੀਂ ਇੱਥੇ ਉਹ ਕਹਿੰਦੇ ਵੀ ਇੰਜ ਇਹਨਾਂ ਦਾ ਸਟੈਂਡ ਇਹੀ ਹੈ ਕਿ ਜਾਂ ਤੇ ਇੱਥੇ ਮਰਾਂਗੇ ਜਾਂ ਫਿਰ ਅਸੀਂ ਜਿੱਤ ਕੇ ਜਾਵਾਂਗੇ ਸਾਡੇ ਕੋਲ ਤੀਜਾ ਚਾਰਾ ਕਿਉਂਕਿ ਪਿੱਛੇ ਬਚਣਾ ਹੀ ਕੁਝ ਨਹੀਂ ਸਾਡੇ ਕੋਲ ਸਾਡੇ ਭੱਜਣ ਲਈ ਰਾਹ ਹੈ ਨਹੀਂ ਸਰਕਾਰ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਜੇ ਤੈਨੂੰ ਕਾਨੂੰਨਾਂ ਬਾਅਦ ਦੇ ਲੜਨੇ ਸਰਕਾਰ ਦਾ ਕੰਮ ਹੀ ਹੈ ਕਾਨੂੰਨ ਬਣਾਉਣਾ ਤੇ ਹਟਾਉਣਾ ਬਿਲਕੁਲ ਬਿਲਕੁਲ ਉਹਨਾਂ ਨੂੰ ਉਹਨਾਂ ਦੀ ਆਕੜ ਨਹੀਂ ਸਾਨੂੰ ਸਮਝ ਪੈਦੀ ਕਿ ਉਹ ਕਿਹੜੇ ਏਜੰਡੇ ਨੂੰ ਜਿਹੜੇ ਲੋਕ ਕਿਹੜੇ ਏਜੰਡੇ ਨੂੰ ਖੁਸ਼ ਕਰਕੇ ਇਹਨਾਂ ਆਕੜੇ ਬੈਠੇ ਆ ਕਹਿੰਦੇ ਇਹਦੀ ਭਾਸ਼ਾ ਦੇ ਲਈ ਕਿਹੜੇ ਦਬਾਤ ਥਲੇ ਇਹਨਾਂ ਆਕੜੇ ਬਿਕੇ ਦੱਸਣ ਤਾਂ ਨਹੀਂ ਕਿਸਾਨਾਂ ਨੂੰ ਕਿ ਸਾਡੀ ਆ ਮਜਬੂਰੀ ਹੈਗੀ ਬਿਲਕੁਲ ਲੋਕਾਂ ਨੂੰ ਪਤਾ ਲੱਗ ਗਿਆ ਕਿ ਕੀ ਮਜਬੂਰੀ ਹੈ ਇਸੇ ਕਰਕੇ ਇਹ ਜਿਹੜੀ ਹੁਣ ਸਟੇਲ ਮੇਚ ਆ ਇਹ ਜਮੂਦ ਦੇ ਵਿੱਚੋਂ ਨਿਕਲ ਲਈ ਹਟਣਾ ਤੇ ਸਰਕਾਰ ਨੂੰ ਪਿੱਛੇ ਪਊਗਾ ਜੇ ਨਹੀਂ ਹਟਣਗੇ ਤੇ ਲੋਕਾਂ ਨੇ ਇਹ ਫੈਸਲਾ ਕਰ ਲਿਆ ਕਿ ਇਹਨਾਂ ਦਾ ਦੇਸ਼ ਵਿੱਚੋਂ ਕਾਫੀ ਅਜੇ ਹੋਰ ਇਸ ਧਾਰਾ ਦਾ ਇਸ ਸੋਚ ਦਾ ਇਹ ਫਾਸ਼ੀਵਾਦੀ ਤਾਕਤਾਂ ਦਾ ਦੇਸ਼ ਦੇ ਵਿੱਚੋਂ ਜਿਹੜੀ ਲੋਕਤੰਤਰੀਕ ਤਾਕਤਾਂ ਜਿੰਨੇ ਵੱਡੇ ਪੱਧਰ ਤੇ ਉੱਠ ਰਹੀਆਂ ਆ ਉਹਨਾਂ ਦੀ ਕਾਫੀ ਫੱਟੀ ਪੋਚਣ ਦੀ ਹਾਂਜੀ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਸਮਾਂ ਦੇ ਲਈ ਬਹੁਤ ਬਹੁਤ ਸ਼ੁਕਰੀਆ ਸ੍ਰੀਵਿੰਦਰ ਜੀ ਤੁਹਾਡਾ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸੋ ਮੇਰੇ ਨਾਲ ਮੌਜੂਦ ਸਨ ਸਿਆਸੀ ਮਹਾਰ ਪ੍ਰੋਫੈਸਰ ਮਨਜੀਤ ਸਿੰਘ ਅੱਜ ਪੰਜਾਬ ਵਿਧਾਨ ਸਭਾ ਦਾ ਬਜਟ ਪੇਸ਼ ਹੋਣਾ ਬਜਟ ਦੇ ਉੱਤੇ ਵੀ ਅਸੀਂ ਚਰਚਾ ਲੈ ਕੇ ਅਗਲੇ ਸਮੇਂ 'ਚ ਤੁਹਾਡੇ ਰੂਬਰੂ ਹੋਵਾਂਗੇ ਕਿਸਾਨੀ ਅੰਦੋਲਨ ਬਾਰੇ ਜਾਂ ਜੋ ਅਸੀਂ ਚਰਚਾ ਕੀਤੀ ਉਸ ਬਾਰੇ ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ ਮੈਨੂੰ ਇਜਾਜ਼ਤ ਦਿਓ ਧੰਨਵਾਦ